ਅੱਜ ਇਕਾਦਸ਼ੀ ਦੇ ਦਿਨ ਪੁਨੀਤ ਸ਼ਰਮਾ ਨੇ ਵਿੱਠਲ ਫਾਰਮ ਵਿਖੇ ਕਰਵਾਇਆ ਸੰਕੇਤ। ਅੱਜ ਇਕਾਦਸ਼ੀ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਕਨਹੱਈਆ ਦਸਿਕ ਪੁਨੀਤ ਸ਼ਰਮਾ ਵੱਲੋਂ ਉਹਨਾਂ ਦੇ ਵਿੱਠਲ ਫਾਰਮ ਵਿਖੇ ਸ਼੍ਰੀ ਬਿਹਾਰੀ ਜੀ ਦਾ ਸੰਕੀਰਤਨ ਕਰਵਾਇਆ ਗਿਆ। ਇਹ ਹਰੀਨਾਮ ਸੰਕੀਰਤਨ ਸਰਹੰਦ ਸ਼ਹਿਰ ਦੀ ਮਸ਼ਹੂਰ ਸ਼੍ਰੀ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲੀ ਦੁਆਰਾ ਬਹੁਤ ਹੀ ਰਸਭਿੰਨੀ ਆਵਾਜ਼ ਦੇ ਨਾਲ ਰਾਧਾ ਕ੍ਰਿਸ਼ਨ ਦੇ ਭਜਨ ਗਾ ਕੇ ਕੀਤਾ। ਇਸ ਮੌਕੇ ਵਰਮਾ ਬ੍ਰਦਰਸ ਵੱਲੋਂ ਮੈਂ ਨੱਚਣਾ ਸ਼ਾਮ ਦੇ ਨਾਲ ਭਜਨ 'ਤੇ ਤਾਂ ਸ਼ਿਆਮ ਦੀਵਾਨਿਆਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ। ਇਸ ਮੌਕੇ ਪੁਨੀਤ ਜੀ ਦੇ ਬੇਟੇ ਨੇ ਦੱਸਿਆ ਕਿ ਅੱਜ ਇੱਕ ਇਕਾਦਸ਼ੀ ਸੰਕੀਰਤਨ ਦੀ ਲੜੀ ਦਾ ਆਗਾਜ਼ ਕੀਤਾ ਗਿਆ ਹੈ ਜੋ ਪੂਰਾ ਸਾਲ ਹਰ ਇਕਾਦਸ਼ੀ ਲਗਾਤਾਰ ਚੱਲੇਗਾ। ਉਹਨਾਂ ਇਹ ਵੀ ਦੱਸਿਆ ਕਿ ਲੜੀ ਦੌਰਾਨ ਵਰਿੰਦਾਵਨ ਦੇ ਕਈ ਨਾਮੀ ਮਹਾਂਪੁਰਸ਼ਾਂ ਦੁਆਰਾ ਵੀ ਸੰਕੀਰਤਨ ਦਾ ਆਨੰਦ ਪ੍ਰਾਪਤੀ ਦਾ ਸੁਭਾਗ ਸਾਨੂੰ ਪ੍ਰਾਪਤ ਹੋਵੇਗਾ। ਇਸ ਲੜੀ ਦਾ ਸਾਲ ਪੂਰਾ ਹੋਣ ਮੌਕੇ ਪੂਨਮ ਦੀਦੀ ਦਾ ਵਿਸ਼ੇਸ਼ ਸੰਕੀਰਤਨ ਸਮਾਗਮ ਕਰਵਾਇਆ ਜਾਵੇਗਾ। ਕੜਾਕੇ ਦੀ ਠੰਡ ਦੇ ਬਾਵਜੂਦ ਲਗਾਤਾਰ 4.5 ਘੰਟੇ ਤੱਕ ਚੱਲੇ ਇਸ ਸੰਕੀਰਤਨ ਦੇ ਸਮਾਪਨ 'ਤੇ ਠਾਕੁਰ ਜੀ ਦੀ ਆਰਤੀ ਮਗਰੋਂ ਫਲਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ ਅਤੇ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਸ਼ਰਮਾ ਪਰਿਵਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਗਤਜਨਾਂ ਨੇ ਇਸ ਸੰਕੀਰਤਨ ਦਾ ਅੰਮ੍ਰਿਤ ਰਸ ਪਾਨ ਕੀਤਾ। ਫਤਿਹਗੜ੍ਹ ਸਾਹਿਬ ਤੋਂ ਨਿਊਜ਼ ਇੰਡੀਆ ਟਾਈਮ ਲਈ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਵਿਸ਼ੇਸ਼ ਰਿਪੋਰਟ। आप सबसे निवेदन है ये कि आप सब यहाँ आए।